हाँ जी, कितने पैसे जनाब? लो जी जनाब, जरा ना घोड़े का रेट नहीं दस दो। चलो लो जनाब, तुहानू होर दिखाने। लो जनाब, यह भी रेड़े च लगे, लेकिन उन्दा ही है जरा रेट शेर नहीं दसदा। है एक डब्बी घोड़ी है, डब्बी घोड़ी तुहानू दिखाने जी। जनाब अस्सलाम वालेकुम। बस शुक्र अलहमदुल्ला। डब्बी घोड़ी है। एंड की मांगना है? 65 ਇਹਦਾ 85,000। ਅੱਛਾ, ਅਤੇ ਫਾਈਨਲ ਕੀ? ਫਾਈਨਲ 50 ਲੈ ਲਾ। ਓਏ, ਉਹ ਤਾਂ ਵਪਾਰੀ ਜੋ ਹੈ, ਉਹ ਤਾਂ ਵਪਾਰੀ, ਉਹਨੇ ਆਪ ਰੋਟੀ ਕਮਾਉਣੀ ਹੈ। ਤੇਰੀ ਵੀਡੀਓ ਬਣਾਉਣ ਵਾਲੇ ਨਹੀਂ, ਤੂੰ ਵੀ ਬਣਾਉਣੀ ਤਾਂ ਗੱਲ ਕਰ। ਮੈਂ ਬਣਾਗਾ ਤੇਰੇ ਨਾਲ। ਤੇਰੇ ਨਾਲ ਬਾਬੇ ਨੇ ਵੀ ਦਿਹਾੜੀ ਲਾਣੀ ਆ, ਖਰਚਾ ਖੁਰਚਾ ਲਾਣਾ। ਅਸੀਂ ਕਿਹੜਾ ਕਹੀ ਜਾਣਾ ਕਹਿੰਦੀ ਹੈ? ਕੋਈ ਰੌਲਾ ਨਹੀਂ ਖਾਨ, ਉਹ ਤਾਂ 55,000 ਰੁਪਇਆ ਜਨਾਬ। ਇੱਕ ਹੋਰ ਘੋੜੀ ਹੈ ਇਹ ਵਾਲੀ, ਉਹ ਕਿੰਨੇ ਪੈਸੇ ਜੇ ਵੀਰੋ? ਇਹਦੇ ਕਿੰਨੇ ਪੈਸੇ ਜੇ? 45,000। ਤੇ ਉਮਰ ਕਿੰਨੀ ਹੋ ਗਈ? ਟਾਂਗੇ 'ਚ ਲੱਗੀ? ਰੇੜੇ 'ਚ? ਰੇੜੇ 'ਚ ਲੱਗੀ 45,000 ਰੁਪਏ। ਲਓ ਜੀ, 45,000 ਰੁਪਏ ਦੀ ਘੋੜੀ ਜੀ। ਲਓ ਜੀ, ਅਜੇ 45,000 ਰੁਪਏ ਜੀ। ਲਓ ਜਨਾਬ, ਅੱਗੇ ਹੋਰ ਲੱਭਣੇ ਆ ਤੁਹਾਡੇ ਵਾਸਤੇ ਘੋੜੀ। ਇੱਕ ਹੋਰ ਘੋੜੀ, ਥੋੜ੍ਹੀ ਜਿਹੀ ਲੱਸੀ ਲੱਸੀ ਘੋੜੀ ਹੈ। ਦੂਜੀ ਵਾਰੀ ਫਾਦਲਾ ਦਿਲ ਮੰਦੀ ਉੱਨੀ ਦੀ ਘੋੜੀ ਲੈ ਛੱਡ ਦੇ। ਕਿੰਨੇ ਦੀ? 22 ਦੀ? 23 ਦੀ? 23,000 ਰੁਪਏ ਜੀ। ਬਿਸਮਿਲ੍ਲਾ ਜਨਾਬ, ਕੀ ਆ ਜਿਹੜੇ ਬੰਦੇ ਨੇ ਹੁਣ ਘੋੜੀ 5 ਪਈ ਲੱਗਦੀ ਹੈ ਇਹਨਾਂ ਨੇ ਵੀ ਨੜਾ ਨੈਟ ਤੇ ਚਾੜ ਕਿਹੜੀ ਨੂੰ? ਬਹੁਤ ਵੱਡਾ ਵਪਾਰੀ ਭੇਜੋ ਕੋਟ ਦਾ, ਚੌਧਰੀ ਬੰਦਾ। ਲਓ ਜਨਾਬ, ਮਾਸ਼ਾ ਅੱਲਾਹ, ਤੁਹਾਨੂੰ ਹੋਰ ਜਾਨਵਰ ਤੁਹਾਨੂੰ ਦਿਖਾਉਂਦੇ ਹਾਂ। ਅਤੇ ਅਸੀਂ ਵਿਜ਼ਿਟ ਕਰ ਰਹੇ ਜੀ ਗੁਜਰਾਤ ਮੰਡੀ। ਅਤੇ ਗੁਜਰਾਤ ਮੰਡੀ ਦੇ ਵਿੱਚ ਕਿਹੜੇ ਕਿਹੜੇ ਜਾਨਵਰ ਅੱਜ ਆਏ ਹੋਏ ਨੇ, ਅਸੀਂ ਤੁਹਾਨੂੰ ਸਾਰੇ ਜਾਨਵਰ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਕਿ ਦਿਖਾਵਾਂਗੇ। ਅਤੇ ਇਹ ਦੇਖੋ, ਇਹ ਵੀ ਫੋਰ ਸੇਲ ਹੈ।
ਘੋੜੀ ਹੈਗੀ ਹੈ जनाब घोड़ा जरा और सेल लेकिन पूरा पैर इन नहीं पे कैब से रहेगा लो जनाब माशाल्लाह